2019 ਦੇ ਵਿੱਚ ਇੱਕ ਨਾਮ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਜਿਹੜਾ ਨਾਮ ਅਸੀਂ ਨਿਊਜ਼ਪੇਪਰਸ ਦੇ ਵਿੱਚ ਵੀ ਸੁਣਦੇ ਰਹੇ ਤੇ ਜਿਨ੍ਹਾਂ ਦੇ ਗੀਤ ਵੀ ਕਾਫੀ ਜ਼ਿਆਦਾ ਵਾਇਰਲ ਹੋਏ ਉਹ ਸੀ ਐਲੀ ਮੰਗਟ ਜੀ ਹਾਂ ਐਲੀ ਮੰਗਟ ਦੀ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਤੁਹਾਨੂੰ ਦੱਸ ਦਈਏ ਕਿ ਐਲੀ ਇੱਕ ਨਵਾਂ ਗੀਤ ਲੈ ਕੇ ਆ ਰਹੇ ਨੇ ਜਿਸ ਗੀਤ ਦਾ ਟਾਈਟਲ ਹੈ ਪਰਮਾਨੂ ਆਈ ਐਮ ਸ਼ੋਰ ਕਿ ਜਿੰਨਾ ਕੈਂਟ ਇਸ ਗਾਣੇ ਦਾ ਟਾਈਟਲ ਹੈ ਉਨਾ ਹੀ ਆਸਮ ਇੱਕ ਗੀਤ ਵੀ ਹੋਣ ਵਾਲਾ ਹੈ ਜਿਸ ਵਿੱਚ ਸਾਨੂੰ ਐਲੀ ਦੇ ਨਾਲ ਨਾਲ ਨਜ਼ਰ ਆਉਣ ਵਾਲੀ ਹੈ ਜੈਸਮੀਨ ਅਕਤਰ ਦੀ ਆਵਾਜ਼ ਤੇ ਜੰਗ ਢਿੱਲੋ ਵੱਲੋਂ ਇਸ ਗੀਤ ਨੂੰ ਲਿਖਿਆ ਗਿਆ ਹੈ ਤੇ ਮਿਸਟਰ ਰੂਬਲ ਵੱਲੋਂ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਗਿਆ ਹੈ ਤੋਂਨੋ ਮੈਂ ਦੱਸ ਦਵਾ ਕਿ ਐਨੀ ਟਾਈਮ ਅੱਜ ਇਹ ਗੀਤ ਰਿਲੀਜ਼ ਹੋ ਸਕਦਾ ਹੈ ਹਿੱਟ ਸਕੁਐਡ ਐਂਡ ਗੇਮ ਕਿਲਰਜ਼ ਇਸ ਗੀਤ ਨੂੰ ਪ੍ਰੈਜ਼েন্ট ਕਰ ਰਹੇ ਨੇ ਤੇ ਜਦ ਵੀ ਗੀਤ ਰਿਲੀਜ਼ ਹੁੰਦਾ ਹੈ ਆਈ ਐਮ ਸ਼ੋਰ ਕਿ ਤੁਹਾਡੇ ਸਾਰਿਆਂ ਵੱਲੋਂ ਖੂਬ ਪਸੰਦ ਕੀਤਾ ਜਾਊਗਾ ਇਥੇ ਮੈਂ ਤੁਹਾਨੂੰ ਦੱਸ ਦਵਾ ਕਿ ਇੱਕ ਐਲਬਮ ਵੀ ਹੈ ਐਲੀ ਗੱਡ ਦੀ ਜਿਸ ਦੀ ਅਸੀਂ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਹਾਂ ਜਿਸ ਐਲਬਮ ਦਾ ਟਾਈਟਲ ਹੈ ਉਸਤਾਦ ਜੀ ਜੀ ਹਾਂ ਬੱਬੂ ਮਾਨ ਨੂੰ ਐਲਬਮ ਡੈਡੀਕੇਟਿਡ ਕੀਤੀ ਜਾਵੇਗੀ ਤੇ ਉਸ ਐਲਬਮ ਦੀ ਅਸੀਂ ਸਾਰੇ ਕਾਫੀ ਚਿਰ ਤੋਂ ਉਡੀਕ ਕਰ ਰਹੇ ਹਾਂ ਆਪ ਆਈ ਏਮ ਸ਼ੋਰ ਕਿ ਉਸ ਐਲਬਮ ਤੇ ਅਲੀ ਵੱਲੋਂ ਕੰਮ ਕੀਤਾ ਜਾ ਰਿਹਾ ਹੋਵੇਗਾ ਤੇ ਉਹ ਐਲਬਮ ਵੀ ਜਲਦ ਤੋਂ ਜਲਦ ਰਿਲੀਜ਼ ਹੋ ਜਾਵੇਗੀ ਆਈ ਏਮ ਸ਼ੋਰ ਕਿ ਜੈਸਮੀਨ ਦੀ ਆਵਾਜ਼ ਜਿਸ ਤਰ੍ਹਾਂ ਸੋਨਾ ਗੀਤਾਂ ਚ ਇੰਜੋਏ ਕੀਤੀ ਉਸੇ ਤਰ੍ਹਾਂ ਪਰਮਾਨੂ ਗੀਤ ਵੀ ਅਸੀਂ ਖੂਬ ਇੰਜੋਏ ਕਰਾਂਗੇ ਐਲੀ ਮੰਗੜ ਦੇ ਵੀ ਹੁਣ ਤੱਕ ਅਸੀਂ ਬਹੁਤ ਸਾਰੇ ਗੀਤਾਂ ਨੂੰ ਇੰਜੋਏ ਕੀਤਾ ਜਿਵੇਂ ਕਿ ਗੁੱਚੀ ਲਿਕਰ ਸਟੋਰ ਸੰਰੂ ਫੀਮ ਟੈਟੂ ਐਂਡ ਮੈਨੀ ਬੋ ਸੋ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡਾ ਐਲੀ ਮੰਗੜ ਦਾ ਫੇਵਰਟ ਗੀਤ ਕਿਹੜਾ ਹੈ ਤੇ ਤੁਸੀਂ ਸਾਰੇ ਕਹਿੰਦੇ ਕਿ ਸਾਰਾੜਾ ਹੋ ਐਲੀ ਮੰਗੜ ਦੀ ਐਲਬਮ ਐਂਡ ਐਲੀ ਮੰਗੜ ਦੇ ਇਸ ਗੀਤ ਪਰਮਾਨੂ ਲਈ ਪੋਲੀਵੁੱਡ ਐਂਡ ਬਾਲਵੁੱਡ ਰਿਲੇਟਿਡ ਹੋਰ ਨਵੀਆਂ ਜਿਹੀਆਂ ਅਪਡੇਟਸ ਜਾਣ ਲੈ ਸਬਸਕ੍ਰ